ਇਜ਼ਰਾਈਲ ਵਾਲਿਆਂ ਨੇ ਇਹ ਕਹਿ ਪਈ ਉਹਨਾਂ ਨੇ ਇੱਕ ਵਾਰੀ ਫੇਰ ਗਾਜ਼ਾ ਦੇ ਇੱਕ ਰਫਿਊਜੀ ਕੈਂਪ ਦੇ ਉੱਤੇ ਸਟ੍ਰਾਈਕ ਕੀਤਾ ਜਿਹਦੇ ਨਾਲ ਉਹਨਾਂ ਨੇ ਦੂਜਾ ਹਮਾਸ ਦਾ ਲੀਡਰ ਉਸ ਨੂੰ ਮਾਰ ਦਿੱਤਾ ਹੈਗਾ ਪਿਛਲੇ ਦਿਨੀ ਜਦੋਂ ਉਹਨਾਂ ਨੇ ਅਟੈਕ ਕੀਤਾ ਸੀ 50 ਤੋਂ ਵੱਧ ਜਿਹੜੇ ਸਿਵਿਲিয়ান ਉਹਨਾਂ ਦੀ ਮੌਤ ਹੋ ਗਈ ਸੀ ਇਸ ਵਾਲੀ ਸਟ੍ਰਾਈਕ ਤੋਂ ਬਾਅਦ ਕਿੰਨੇ ਲੋਕਾਂ ਦੀ ਮੌਤ ਹੋਈ ਹੈ ਇਹ ਹਜੇ ਤੱਕ ਨੇ ਕਨਫਰਮ ਹੋ ਚੁੱਕਿਆ ਪਰ ਇੱਕ ਕਮੇਟਨਸ ਨੇ ਇਹ ਕਿਹਾ ਕਿ ਇਹ ਇੱਕ ਤਰ੍ਹਾਂ ਦੇ ਨਾਲ ਮੈਸ ਕਰੇ ਹੈਗਾ ਆ ਤੇ ਪੂਰਾ ਕਤਲੇਆਮ ਜੋ ਇਜ਼ਰਾਈਲ ਦੀ ਸਰਕਾਰ ਆ ਉਹੋ ਕਰ ਰਹੀ ਹੈਗੀ ਆ ਤੇ ਬਹਾਨਾ ਜਿਹੜਾ ਆ ਉਹ ਹਵਾਸ ਦਾ ਆ ਲਾ ਰਹੀ ਹੈਗੀ ਆ ਕਹਿੰਦੇ ਹਵਾਸ ਨੇ ਟੈਰਰ ਇਨਫਰਾਸਟ੍ਰਕਚਰ ਬਿਲਡ ਕੀਤਾ ਹੋਇਆ ਆ ਸਿਵਿਲਿਅਨ ਜੋ ਬਿਲਡਿੰਗਸ ਆ ਉਹਨਾਂ ਦੇ ਥੱਲੇ ਯੂਨਾਈਟਿਡ ਨੇਸ਼ਨ ਹਿਊਮਨ ਰਾਈਟਸ ਅਫੀਸ਼ੀਅਲਸ ਨੇ ਇਹ ਕਿਹਾ ਹੈ ਕਿ ਜਿਹੜਾ ਆਪਰੇਸ਼ਨ ਆ ਇਹ ਇੱਕ ਤਰ੍ਹਾਂ ਦੇ ਨਾਲ ਵਾਰ ਕਰਾਇਮ ਹੈਗਾ ਜੋ ਇਜ਼ਰਾਈਲ ਵਾਲੇ ਕਰ ਰਹੇ ਆ ਕਿਉਂਕਿ ਜੋ ਸਿਵਿਲੀਆਂ ਨਾ ਆਮ ਲੋਕ ਆ ਉਹਨਾਂ ਦੀਆਂ ਮੌਤਾਂ ਹੋ ਰਹੀਆਂ ਹੈਗੀਆਂ ਇਜ਼ਰਾਈਲ ਨੇ ਕਿਹਾ ਵੀ ਮੰਗਲਵਾਰ ਨੂੰ ਉਹਨਾਂ ਨੇ ਇਬਰਾਹਿਮ ਬਿਆਰੀ ਨਾਮ ਦੇ ਬੰਦੇ ਨੂੰ ਜੋ ਰਿੰਗ ਲੀਡਰ ਸੀ 1 ਅਕਤੂਬਰ 7 ਦੇ ਅਟੈਕ ਦੇ ਵਿੱਚ ਉਸ ਨੂੰ ਮਾਰ ਦਿੱਤਾ ਸੀ ਯੂਐਸ ਸੈਕਟਰੀ ਆਫ ਸਟੇਟ ਓਨੀ ਬਲਿੰਕਨ ਇਜ਼ਰਾਈਲ ਤੇ ਜਾਰਡਨ ਨੂੰ ਜਾ ਰਹੇ ਆ ਸ਼ੁਕਰਗੁਜ਼ਾਰ ਇਸ ਸਟੇਟ ਡਿਪਾਰਟਮੈਂਟ ਨੇ ਦੱਸਿਆ ਤੇ ਉਹ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨਤਨੇਆਹੁ ਨੂੰ ਮਿਲਣਗੇ ਉਹ ਤੋਂ ਬਾਅਦ ਉਹ ਜਾਰਡਨ ਦੇ ਜਿਹੜੇ ਕਿੰਗ ਆ ਉਹਨਾਂ ਨੂੰ ਵੀ ਮਿਲਣਗੇ ਜੀ ਜੀ ਤੇ ਅਗਲੀ ਖਬਰ ਦੀ ਵੱਲ ਵਧੀਏ ਦੇ ਰੁਕ ਕੇਗੇ ਸੈਂਡਿਆਗੋ ਦਾ ਸੈਂਡਿਆਗੋ ਦੇ ਵਿੱਚ ਵੱਖ-ਵੱਖ ਸੜਕ ਖਾਤਸਿਆਂ ਦੇ ਵਿੱਚ ਦੋ ਜਣੇ ਗੰਭੀਰ ਜ਼ਖਮੀ ਹੋਏ ਨੇ ਹੈਲੋਵੀਨ ਤੋਂ ਬਾਅਦ ਜਿਹੜੇ ਹਾਦਸੇ ਨੇ ਵਾਪਰੇ ਨੇ ਤੇ ਇਹਨਾਂ ਦੇ ਵਿੱਚ ਇੱਕ 71 ਸਾਲਾ ਜਿਹੜਾ ਸੈਂਡਿਆਗੋ ਪੁਲਿਸ ਡਿਪਾਰਟਮੈਂਟ ਨੇ ਜਿਹੜੀ ਜਾਣਕਾਰੀ ਦਿੱਤੀ ਉਹ ਉਹਦੇ ਵਿੱਚ ਇਹ ਦੱਸਿਆ ਗਿਆ ਕਿ 71 ਸਾਲਾ ਇੱਕ ਬਜ਼ੁਰਗ ਜਿਹੜਾ ਕਿ Uh, 43 ਜਿਹੜੇ ਸਟਰੀਟ ਆ ਉਹ ਵੈਸਟ ਤੋਂ ਈਸਟ ਨਾਰਥ ਸਾਈਡ ਆਫ ਗੇਮਾ ਸਟਰੀਟ ਦੇ ਵਿੱਚ ਜਿਹੜਾ ਹੋ ਕ੍ਰਾਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤੇ ਉਹਨੂੰ ਕਿਸੇ ਕਾਰ ਨੇ ਟੱਕਰ ਮਾਰੀ ਤੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਇਸੇ ਤਰ੍ਹਾਂ ਪੁਲਿਸ ਦੱਸਦੀ ਹੈ ਕਿ ਇੱਕ 74 ਸਾਲਾ ਬਜ਼ੁਰਗ ਜਿਹੜੀ ਔਰਤ ਆ ਉਹ ਉਹਨੂੰ ਟੱਕਰ ਮਾਰ ਦਿੱਤੀ ਗਈ ਆ ਤੇ ਉਹ ਵੀ ਗੰਭੀਰ ਜ਼ਖਮੀ ਹੋਈ ਆ ਇਹ ਜਿਹੜਾ ਹਾਦਸਾ ਵਾਪਰਿਆ ਹੈ 43 ਜਿਹੜੀ ਸਟਰੀਟ ਆ ਉਹਦੇ ਉੱਤੇ ਉਹਦੇ ਵਿੱਚ ਦੱਸਿਆ ਗਿਆ ਕਿ ਇੱਕ ਕੈਮਰੀ ਕਾਰ ਜਿਹੜੀ ਕਿ ਇੱਕ ਬਜ਼ੁਰਗ ਔਰ ਚਲਾ ਰਹੀ ਸੀਗੀ ਔਰ ਉਸ ਨੇ ਜਦੋਂ ਇਸ ਬਜ਼ੁਰਗ ਬੰਦੇ ਨੂੰ ਟੱਕਰ ਮਾਰੀ ਤਾਂ ਉਸ ਹਾਦਸੇ ਦੇ ਵਿੱਚ ਇਹ ਬਜ਼ੁਰਗ ਜਿਹੜਾ ਉਹ ਬੜੀ ਬੁਰੇ ਤਰੀਕੇ ਨਾਲ ਜ਼ਖਮੀ ਹੋ ਗਿਆ ਸੀਗਾ ਪੁਲਿਸ ਦੱਸਿਆ ਕਿ ਇਹ ਦੂਜੇ ਹਾਦਸੇ ਦੇ ਵਿੱਚ ਜਿਹੜਾ ਹਾਦਸਾ ਵਾਪਰਿਆ ਉਹਦੇ ਵਿੱਚ ਇੱਕ 20 ਸਾਲਾ ਨੌਜਵਾਨ ਚਲਾ ਰਿਆ ਸੀਗਾ ਇਨਫਿਨਿਟੀ ਜੀ 35 ਨੂੰ ਸੋ ਉਹ ਜਿਹੜੀ ਆ ਉਹਨੇ ਟੱਕਰ ਮਾਰੀ ਹੈ ਬਜ਼ੁਰਗ ਬੰਦੇ ਨੂੰ ਤੇ ਦੱਸਿਆ ਗਿਆ ਕਿ ਇਸ ਦੀ ਜਿਹੜੀ ਪੈਡੈਸਟਰੀਆਂ ਦੀ ਹਾਲਤ ਆ ਉਹ ਬੜੀ ਗੰਭੀਰ ਆ ਇਸ ਮਾਮਲੇ ਦੇ ਵਿੱਚ ਜਿਹੜਾ 20 ਸਾਲਾ ਨੌਜਵਾਨ ਆ ਉਸੇ ਤੋਂ ਪੁੱਛ ਪੜਤਾਲ ਕੀਤੀ ਹੈ ਪਰ ਪੁਲਿਸ ਨੇ ਇਸ ਹਾਦਸੇ ਦੇ ਜਿਹੜੇ ਵਿਕਟਮਸ ਨੇ ਉਹਨਾਂ ਦੇ ਨਾਮ ਕੀ ਨੇ ਤੇ ਕੀ ਉਹਨਾਂ ਦੇ ਘਰਦਿਆਂ ਦੇ ਨਾਲ ਕੋਈ ਰਾਬਤਾ ਹੋਇਆ ਜਾਂ ਇਸ ਹਸਪਤਾਲ ਦੇ ਵਿੱਚ ਉਹਨਾਂ ਦੀ ਹੁਣ ਮੌਜੂਦਾ ਹਾਲਤ ਕੀ ਹੈ ਕਿਉਂਕਿ ਦੋਵਾਂ ਦੀ ਹਾਲਤ ਗੰਭੀਰ ਹੈ ਇਸ ਇਸ ਬਾਬਤ ਜਿਹੜੀ ਤਾਜ਼ਾ ਅਪਡੇਟ ਆ ਉਹ ਪੁਲਿਸ ਨੇ ਹਲੇ ਤੱਕ ਕੋਈ ਸਾਂਝੀ ਨਹੀਂ ਕੀਤੀ ਹਾਂ ਪੁਲਿਸ ਇੱਕ ਗੱਲ ਕਹਿ ਰਹੀ ਹੈ ਕਿ ਕਹਿੰਦੇ ਕਿ ਅਲਕੋਹਲ واਜ਼ ਨਾਟ ਅ ਫੈਕਟਰ ਇਨ ਦਾ ਕੋਲੀਜਨ ਕਿ ਅਲਕੋਹਲ ਜਿਹੜਾ ਉਹ ਇਸ ਟੱਕਰ ਦੇ ਵਿੱਚ ਜਿਹੜਾ ਉਹਨੂੰ ਇੱਕ ਕਾਰਨ ਨਹੀਂ ਮੰਨ ਸਕਦੇ ਜਿਹੜੇ ਕਿ ਐਸਡੀ ਪੀਡੀ ਦੇ ਟ੍ਰੈਫਿਕ ਡਿਵੀਜ਼ਨ ਆਫਿਸਰਸ ਨੇ ਉਹਨਾਂ ਨੇ ਇਸ ਸੀਨ ਨੂੰ ਜਿਹੜਾ ਮੌਕੇ ਤੇ ਰਿਸਪੌਂਡ ਕੀਤਾ ਸੀਗੇ ਤੇ ਉਹ ਦੱਸ ਰਹੇ ਨੇ ਕਿ ਹੁਣ ਇਸ ਕੋਲੀਜਨ ਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਗੋਇੰਗ ਆਨ